ਆਖਰੀ ਫਿਲਮ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਹੈ ਤੇ 5 ਸਾਲ ਪਹਿਲਾਂ ਸ਼ੂਟ ਕੀਤੀ 2019 ਦੇ ਬਜਟ ਹੈ ਜੀ ਔਰ ਅਸੀਂ ਯੂਕੇ ਕੀਤੀ ਹੈ ਤਾਂ ਰਿੱਕੀ ਜੀ ਡਾਇਰੈਕਟਰ ਨੇ ਇਹਨਾਂ ਨੇ ਲਿਖੀ ਇਹਨਾਂ ਨੇ ਫਿਲਮ ਦੇ ਵਿੱਚ ਡਾਇਰੈਕਸ਼ਨ ਕੀਤੀ ਸਰ ਇਹ ਕਹਿ ਸਕਦੇ ਕਿ ਸੱਚੀ ਘਟਨਾ ਉਹਨਾਂ ਦੇ ਆਧਾਰਿਤ ਹੈ ਇਟ ਇਜ਼ ਡੈਫੀਨਿਟਲੀ ਹੈ ਆਈ ਮੀਨ ਡਿਸਕਲੇਮਰ ਇਜ਼ ਥੇਅਰ ਬਟ ਤੁਸੀਂ ਦੇਖ ਸਕਦੇ ਹੋ ਕਿ ਹਾਂ ਯਾਰ ਇਦਾਂ ਦਾ ਹੁੰਦਾ ਰਹਿੰਦਾ ਹੈ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਰਿਲੀਜ਼ ਹੋਣ ਵਾਲੀ ਹੈ ਜੀ 21 ਜੂਨ 2024 ਨੂੰ ਐਂਡ ਇੱਕ ਵਾਰ ਜ਼ੋਰਦਾਰ ਤਾਲੀਆਂ ਜੀ ਪੁਖਰਾਜ ਪੱਲਾ ਇਨ ਦਾ ਹਾਊਸ ਐਵਰੀਬਡੀ ਸੋ ਅਨੀਤਾ ਦੇਵਨਿਤ ਜੀ ਯੋਗਰਾਜ ਸਿੰਘ ਜੀ ਸਾਡਾ ਪ੍ਰੋਡਿਊਸਰ ਮੌਜੂਦ ਨੇ ਸਰਬਜੀਤ ਸਿੰਘ ਜੀ ਅਮਨਦੀਪ ਸਿੰਘ ਜੀ ਐਂਡ ਡਾਇਰੈਕਟਰ ਰਿੱਕੀ ਐਮ ਕੇ ਜੀ ਇੱਕ ਵਾਰ ਪਲੀਜ਼ ਐਵਰੀਬਡੀ ਜ਼ੋਰਦਾਰ ਤਾਲੀਆਂ ਹੋਣੀ ਚਾਹੀਦੀ ਹੈ ਆਖਰੀ ਫਿਲਮ ਹੈ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਹੈ ਤੇ 5 ਸਾਲ ਪਹਿਲਾਂ ਸ਼ੂਟ ਕੀਤੀ 2019 ਦੇ ਬਜਟ ਹੈ ਜੀ ਔਰ ਅਸੀਂ ਯੂਕੇ ਕੀਤੀ ਹੈ ਤਾਂ ਰਿੱਕੀ ਜੀ ਡਾਇਰੈਕਟਰ ਨੇ ਇਹਨਾਂ ਨੇ ਲਿਖੀ ਇਹਨਾਂ ਨੇ ਫਿਲਮ ਦੇ ਵਿੱਚ ਡਾਇਰੈਕਸ਼ਨ ਕੀਤੀ ਔਰ ਇਹੋ ਜਿਹੇ ਲੋਕਾਂ ਨਾਲ ਕੰਮ ਕਰਕੇ ਏਦਾਂ ਲੱਗਦਾ ਕਿ ਮੈਂ ਹਾਲੀਵੁੱਡ ਕੰਮ ਕਰ ਸਕਦਾ ਬਿਕੋਜ਼ ਵਿਜ਼ਨ ਜਿਹੜਾ ਹੈਗਾ ਬਹੁਤ ਗ੍ਰੇਟ ਹੁੰਦਾ ਹੈ ਮਾਈ ਸਨ ਵਿਕਟਰ ਯੋਗਰਾਜ ਸਿੰਘ ਹੀ ਇਜ਼ ਫਰੋਮ ਨਿਊਯਾਰਕ ਉਹਦਾ ਬੜਾ ਵੱਡਾ ਵਿਜ਼ਨ ਹੈ ਫਿਲਮਾਂ ਬਣਾ ਰਿਹਾ ਹੈ ਪੰਜਾਬੀ ਸਿਨੇਮਾ ਜਿੱਥੇ ਅੱਜ ਖੜਾ ਹੋ ਗਿਆ ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਅਸੀਂ ਕਰ ਰਹੇ ਹਾਂ ਹਿਸਟੋਰੀਕਲ ਫਿਲਮਾਂ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਜੀ ਸਾਰੇ ਮੀਡੀਆ ਦਾ ਜਿੱਥੇ ਸਾਰੇ ਜਣੇ ਪਹੁੰਚੇ ਨੇ ਸਾਡੇ ਫਿਲਮ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਸੋ ਸਭ ਤੋਂ ਪਹਿਲਾਂ ਤਾਂ ਮਤਲਬ ਬਹੁਤ ਬਿਗ ਥੈਂਕਸ ਟੂ ਸਰ ਯੋਗਰਾਜ ਜੀ ਤੇ ਦੀਤਾ ਮੈਮ ਵਿੱਕੀ ਭਾਜੀ ਸਾਡੇ ਸਰਬਜੀਤ ਭਾਜੀ ਅਮਨ ਭਾਜੀ ਸੋ ਇਹ ਫਿਲਮ ਮੇਰੇ ਦਿਲ ਦੇ ਤਾਂ ਬਹੁਤ ਕਰੀਬ ਹੈ ਜੀ ਕਿਉਂਕਿ ਜਿਹੜੀ ਲੀਡ ਫਿਲਮ ਸੀਗੀ ਮੇਰੀ ਇਹ ਸਭ ਤੋਂ ਪਹਿਲੀ ਫਿਲਮ ਸੀਗੀ ਇਹ ਸੋ ਇਹ ਹਮੇਸ਼ਾ ਦਿਲ ਦੇ ਨੇੜੇ ਰਹੂਗੀ ਇਹ ਫਿਲਮ ਸੋ ਆਫਕੋਰਸ ਡੈਡ ਦੀ ਕਮੀ ਜਿਹੜੀ ਅੱਜ ਇੱਥੇ ਹੈਗੀ ਹੈ ਉਹ ਜ਼ਰੂਰ ਅਸੀਂ ਟਰਾਈ ਕਰਾਂਗੇ ਕਿ ਨੈਕਸਟ ਪ੍ਰਮੋਸ਼ਨ ਦੇ ਉੱਤੇ ਜ਼ਰੂਰ ਉਹਨਾਂ ਨੂੰ ਲਿਆਈਏ ਉਹ ਥੋੜ੍ਹਾ ਜਿਹਾ ਬੈੱਡ ਰੈਸਟ ਕਰਕੇ ਰੈਸਟ ਚੱਲ ਰਿਹਾ ਉਹਨਾਂ ਦਾ ਸੋ ਫਿਲਮ ਦੀ ਗੱਲ ਕਰੀਏ ਜੀ ਇਹ ਫਿਲਮ ਇੱਕ ਰੋਮੈਂਟਿਕ ਕਾਮੇਡੀ ਜੋਨਰ ਦੀ ਫਿਲਮ ਹੈ ਤੇ ਮਤਲਬ ਇਹਦੇ 'ਚ ਜਿਹੜੇ ਪੰਚਸ ਨੇ ਜਿਹੜੀ ਇੱਕ ਫਲੋ ਚੱਲਦਾ ਫਿਲਮ ਦਾ ਉਹ ਬਹੁਤ ਹੀ ਕਮਾਲ ਹੈ ਤੇ ਆਈ ਐਮ ਸ਼ੋਰ ਕਿ ਸਾਰੇ ਜਣੇ ਤੁਸੀਂ ਇੰਜੋਏ ਕਰੋਗੇ ਇਸ ਫਿਲਮ ਨੂੰ ਥੈਂਕ ਯੂ ਤੁਹਾਡੇ ਦੁਆਵਾਂ ਨਾਲ ਰੱਬ ਦੀ ਕਿਰਪਾ ਗੁਰੂ ਘਰ ਦੀ ਰਹਿਮਤ ਨਾਲ ਮੇਰੇ ਵਰਗਾ ਬੰਦਾ ਵੀ ਅੱਜ ਉਹਦੀ ਪਹਿਚਾਣ ਬਣ ਰਹੀ ਹੈ ਪੂਰੀ ਹਰਿਆਣੇ ਵੱਲ ਦੀ ਜਿਹਦੇ ਵਿੱਚ ਲੋਕਾਂ ਨੇ ਸੁਣਨ ਨੂੰ ਤੇ ਮੇਰੇ ਕੰਮ ਨੂੰ ਬੜਾ ਉਹਨਾਂ ਨੇ ਅਪਲਿਫਟ ਕੀਤਾ ਹੈ ਤੁਸੀਂ ਬੜਾ ਲਾਈਕ ਕੀਤਾ ਬੜਾ ਸੋਹਣੇ ਸੋਹਣੇ ਰਾਈਟਰਸ ਤੁਸੀਂ ਲਿਖੇ ਨੇ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਕਿ ਬੰਦੇ ਨੂੰ ਨਿਮਰਤਾ ਚ ਰਹਿਣਾ ਇੱਕ ਹੰਕਾਰ ਇਹੋ ਜਿਹੀ ਚੀਜ਼ ਹੈ ਜਿਹੜਾ ਜ਼ਿੰਦਗੀ 'ਚ ਬੰਦੇ ਨੂੰ ਲੈ ਪੈਂਦਾ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਰੀਸੈਂਟਲੀ ਪਿਕਚਰ ਰਿਲੀਜ਼ ਹੋਈ ਹੈ ਬਟ ਕੀ ਹੈ ਕਿ ਤੁਹਾਨੂੰ ਕਦੇ ਮਾਣ ਨਹੀਂ ਕਰਨਾ ਜਿੱਦਾਂ ਵੀ ਮੈਂ ਆਹ ਬਣ ਗਿਆ ਮੈਂ ਉਹ ਬਣ ਗਿਆ 10 ਬੰਦੇ ਤੁਹਾਡੇ ਨਾਲ ਤੁਰੇ ਫਿਰਦੇ ਹੈ ਉਹਨੂੰ ਨੋਰਮਲ ਰਹੋ ਤੁਸੀਂ ਭਾਵਾਂ ਤੁਹਾਨੂੰ ਰੱਬ ਸ਼ਿਫਟ ਪ੍ਰਸਤਾਵ ਬਣਾ ਦੇ ਭਾਵਾਂ ਦੁਨੀਆ ਤੁਹਾਡੇ ਪਿੱਛੇ ਪਏ ਪਰ ਮੈਂ ਬਲੀਵ ਕਰਦਾ ਯੂ ਸ਼ੁਡ ਬੀ ਵੈਰੀ ਨੋਰਮਲ ਜਿਹੜਾ ਵਿਆਹ ਦਾ ਇੱਕ ਜ਼ਰੀਆ ਬਣਿਆ ਹੋਇਆ ਹੈ ਬਾਹਰ ਪਹੁੰਚਣ ਦਾ ਹੈ ਨਾ ਕਿ ਸਪਾਊਸ ਵੀਜ਼ਾ ਲਗਾ ਕੇ ਬਾਹਰ ਪਹੁੰਚਾਏਗਾ ਜਾਂ ਬਾਹਰ ਜਾਣ ਦਾ ਚਸਕਾ ਬੜਾ ਹੈ ਅੱਜ ਦੇ ਲੋਕ ਯੂਥ ਨੂੰ ਹੈਗਾ ਹਜੇ ਵੀ ਹੈਗਾ ਭਾਵੇਂ ਉੱਥੇ ਪਤਾ ਕਿ ਕੰਮ ਹੈ ਕਿ ਨਹੀਂ ਹੈ ਲੇਕਿਨ ਤਾਂ ਵੀ ਚਸਕਾ ਬਹੁਤ ਪੁਰਾਣਾ ਹੈ ਚਸਕਾ ਬਹੁਤ ਪੁਰਾਣਾ ਹੈਗਾ ਓਕੇ ਤੇ ਇਹ ਚੀਜ਼ਾਂ ਪੁੱਛਣਾ ਚਾਹੀਏ ਦਿਮਾਗ ਦੇ ਵਿੱਚ ਕਿਉਂ ਆਉਂਦਾ ਹੈ ਇੰਡੀਆ ਕਿਉਂ ਛੱਡਣਾ ਚਾਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਟੈਲੈਂਟ ਹੈਗਾ ਲੇਕਿਨ ਉਹ ਬਾਹਰ ਭੱਜੀ ਜਾ ਰਹੇ ਜੋ ਵੱਡ ਵਡੇਰੇ ਕਰਦੇ ਰਹੇ ਬੱਚੇ ਅੱਜ ਤੋਂ 50 ਸਾਲ ਪਹਿਲਾਂ ਦਿੱਲੀ ਦਾ ਏਅਰਪੋਰਟ ਛੋਟਾ ਜਿਹਾ ਏਅਰਪੋਰਟ ਹੁੰਦਾ ਸੀ
ਮੈਂ ਉੱਥੇ ਦੇਖੀਆਂ ਸਾਡੀਆਂ ਬੀਬੀਆਂ ਬਜ਼ੁਰਗਣੀਆਂ ਬਜ਼ੁਰਗ ਚਰਖੇ ਚੱਕੇ ਗਠੜੀਆਂ ਚੱਕੀਆਂ। ਮੈਂ ਕਿਹਾ ਵੀ ਕਿੱਧਰ ਚੱਲੇ? ਅਸੀਂ ਇੰਗਲੈਂਡ ਨੂੰ ਚੱਲੀਏ ਆ, ਅਸੀਂ ਇੰਗਲੈਂਡ ਚੱਲੇ। ਮੈਂ ਚਾਚਾ ਆਪਾਂ ਇੰਗਲੈਂਡ ਬਾਪੂ ਕੀ ਕਰਨਾ ਜਾ ਕੇ? ਨਹੀਂ ਉੱਥੇ ਜਾਵਾਂਗੇ, ਇੱਥੇ ਵੀ ਕੀ ਰੱਖਿਆ? ਕਿਆ ਇਹ ਤੋਂ 50 ਸਾਲ 70 ਸਾਲ 100 ਸਾਲ ਪਹਿਲਾਂ ਦੀ ਗੱਲ ਹੈ। ਮੈਂ ਉੱਥੇ ਫੈਮਲੀ ਨੂੰ ਮਿਲਿਆ ਯੂਕੇ ਦੇ ਵਿੱਚ, ਜਿਹੜੇ ਗਏ ਸੀ ਬੱਕਰੀਆਂ ਚਾਰਦੇ, ਤੇ ਕਹਿੰਦੇ ਜੀ ਅਸੀਂ ਤੇ ਤੂੰ ਯਾਰ ਪਾਸੇ ਹੋ ਕੇ ਬੈਠ ਮਾੜਾ ਜਾ, ਅਸੀਂ ਅਮੀਰ ਬੰਦੇ, ਤੂੰ ਯਾਰ ਚਾਦਰਾ ਕੁੜਤਾ ਪਾਇਆ। ਏਦਾਂ ਦੇ ਹਾਲਾਤ ਨੇ ਉੱਥੇ, ਲੇਕਿਨ ਕ੍ਰੇਟ ਆਪਾਂ ਕੀਤੇ ਕਿਸੇ ਨੀ ਕੀਤੇ। ਹਰ ਬੰਦਾ ਚਾਹੁੰਦਾ ਤੁਹਾਡੇ ਚੋਂ ਵੀ ਸਾਰੇ ਬੈਠੇ ਹੋ ਸੱਚ ਬੋਲਣ ਦੀ ਆਦਤ ਬੜੀ ਹੈ, ਭਾਈ ਕਿਹਨੂੰ ਫਰਮ ਤੇ ਨਾਮ ਮਾਫ ਕਰ ਦਿਓ। ਕਿਹੜਾ ਬੰਦਾ ਜਿਹੜੇ ਜਿਹਦੇ ਬੱਚੇ ਬਾਹਰ ਨੀ ਪੜ੍ਹਦੇ? ਕਿਹੜਾ ਐਕਟਰ ਹੈ, ਕਿਹੜਾ ਡਾਇਰੈਕਟਰ ਹੈ, ਕਿਹੜਾ ਐਸਾ ਬੰਦਾ ਜਿਹੜਾ ਆਪਣੇ ਬੱਚੇ ਬਾਹਰ ਨੀ ਪੜ੍ਹਾਉਂਦਾ? ਇੱਥੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ। ਮੇਰੇ ਨਿਆਣੇ ਦੂਜੇ ਵਿਆਹ ਚੋਂ, ਵਿਕਟਰ ਤੇ ਮੇਰੀ ਬੇਟੀ ਹੈਗੀ, ਅਮੈਰੀਕਾ ਜੰਮੇ, ਅਮੈਰੀਕਾ ਪੜੇ ਤੇ ਇੱਥੇ ਕਹਿੰਦੇ ਬਾਪੂ ਕੋਲ ਚੱਲੇ। ਮੈਂ ਤੁਹਾਨੂੰ ਕੀ ਹੋ ਗਿਆ? ਕਹਿੰਦੇ ਨਹੀਂ ਸਾਨੂੰ ਬਾਪੂ ਦੀ ਖੁਸ਼ਬੂ ਲੈਣੀ ਹੈ, ਗੋਦ ਲੈਣੀ ਹੈ। ਉਹ ਬੱਚੇ ਮੇਰੇ ਕੋਲ ਰਹਿੰਦੇ, ਜ਼ੋਰ ਲਾ ਲਿਆ ਉੱਥੇ, ਬਿਜ਼ਨਸ ਪੈਸਾ ਸਾਰਾ ਕੁਝ, ਗੱਡੀਆਂ ਕੋਠੀਆਂ ਇਹ ਛੱਡ ਗਿਆ। ਨਹੀਂ ਕਹਿੰਦੇ ਤਾਂ ਆਪਣੇ ਪਿਓ ਕੋਲ ਚੱਲੇ ਆ, ਜੇ ਅਸੀਂ ਬੁੱਢੇ ਮਿਲੇ ਤਾਂ ਪਿਓ ਛੱਡਦਾ ਤੇ ਲੋਕ ਸਾਨੂੰ ਕਹਿਣਗੇ ਲੱਖ ਲਾ ਲਓ ਤੁਹਾਡੀ ਜ਼ਿੰਦਗੀ, ਮੇਰੀ ਵਾਈਫ ਵੀ ਆ ਗਈ। ਸੋ ਮੈਂ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਸੀਰੀਅਸ ਹੈ। ਅੱਜ ਪੰਜਾਬ ਦੇ ਹਾਲਾਤ ਜਾਂ ਇਸ ਦੇਸ਼ ਦੇ ਹਾਲਾਤ, ਗੱਲ ਉੱਥੇ ਆ ਜਾਣੀ ਹੈ, ਇਸ ਕਰਕੇ ਇੱਦਾਂ ਦੇ ਹੋਏ ਆ ਕਿਉਂਕਿ ਸਾਰੇ ਸਾਰੇ ਬਾਹਰ ਨੇ। ਯਾਦ ਰੱਖਿਓ, ਮੈਂ ਆਪਣੇ ਪਿੰਡ ਗਿਆ ਕਨੇਜ ਕਿਰਾਏ ਦੇ ਕੋਲ, ਮੇਰਾ ਚੱਲਿਓ ਜੀ ਸਾਰੇ, ਵੱਡੀਆਂ ਵੱਡੀਆਂ ਕੋਠੀਆਂ ਸਰਦਾਰਾਂ ਦੀਆਂ, ਜ਼ਮੀਨਾਂ 300 ਏਕੜ 400 ਏਕੜ, ਉਹ ਥੜੇ ਜਿੱਥੇ ਕਿਤੇ ਬਜ਼ੁਰਗ ਸੌਂਦੇ ਹੁੰਦੇ ਸੀ, ਉਹ ਵੰਸ਼ ਹੈ ਜੀ ਭਾਈ ਜੋਗਾ ਸਿੰਘ ਦਾ, ਜਿਹਦੀ ਮੈਂ ਨੌਵੀਂ ਪੁਸ਼ਤਾਂ, ਉੱਥੇ ਕਬੂਤਰਾਂ ਨੇ ਆਲਣੇ ਪਾਏ ਹੋਏ ਹੈ, ਚਮਗਿੱਦੜਾਂ ਰਹਿੰਦੀਆਂ ਨੇ। ਮੈਂ ਉਹ ਮੜੀਆਂ ਜਿੱਥੇ ਮੇਰੇ ਵੱਡ ਵਡੇਰਿਆਂ ਦੀਆਂ ਮੜੀਆਂ ਵੇਰਵੇ ਦੇ ਨਾਲ ਸ਼ੇਰ ਸ਼ਾਹ ਸੂਰ ਦੀ ਉੱਥੇ ਬਣੀ ਹੋਈ ਆ ਪੌੜੀ, ਪੌੜੀ ਸਮਝਦਾ ਜੇ ਪਾਣੀ ਹੁੰਦਾ ਘੋੜੇ ਪਾਣੀ ਪੀਂਦੇ ਹੁੰਦੇ ਚ, ਉਹ ਮੈਂ ਦੇਖਦਾ ਤੇ ਬੈਠ ਕੇ ਹਰ ਸਾਲ 10 ਵਾਰੀ ਜਾਂਦਾ, 10 ਵਾਰੀ ਰੋਣਾ ਵੀ ਇੱਥੇ ਮੇਰਾ ਬਾਪੂ ਸੀ, ਇੱਥੇ ਮੇਰਾ ਦਾਦਾ ਸੀ, ਇੱਥੇ ਆ ਸੀ। ਉੱਥੇ ਕੌਣ ਰਹੇ? ਮੈਂ ਨਾਮ ਹੀ ਲੈਣਾ ਚਾਹੁੰਦਾ, ਜੇ ਮੈਂ ਬੋਲਿਆ ਤਾਂ ਤੁਸੀਂ ਮਿੰਟੋ ਮਿੰਟੀ ਕੱਲ ਨੋਟਿਸ ਆ ਜਾਣਾ। ਕੌਣ ਰਹਿ ਰਹੇ ਤੁਸੀਂ ਵੀ ਜਾਣਦੇ, ਕੀ ਉੱਥੇ ਹੋ ਰਿਹਾ ਇਹ ਵੀ ਤੁਸੀਂ ਜਾਣਦੇ, ਤੁਸੀਂ ਦੇਖਿਆ ਮੇਰੀ ਰੂਹ ਕੰਬਦੀ ਹੈ। ਤੇ ਮੇਰੇ ਨਾਲ ਦੇ ਵੱਡੇ ਚਾਚੇ ਤਾਇਆਂ ਦੇ ਮੁੰਡੇ, ਕਰੋੜਪਤੀ ਅਰਬਪਤੀ ਹਵੇਲੀਆਂ ਵਾਲੇ, ਜ਼ਮੀਨਾਂ ਵਾਲੇ, ਅੱਜ ਵੀ ਚੀਜ਼ਾਂ ਪਈਆਂ ਨੇ, ਲੋਕੀ ਵਾਹ ਰਹੇ ਨੇ, ਤੇ ਆਪ ਉੱਥੇ ਟੈਕਸੀਆਂ ਚਲਾਉਂਦੇ ਆ, ਰੈਸਟੋਰੈਂਟਾਂ 'ਚ ਕੰਮ ਕਰਦੇ ਆ। ਅੱਜ ਬੱਚਿਆਂ ਦਾ ਵੀ ਉਹੀ ਹਾਲ ਹੈ। ਤੁਹਾਨੂੰ ਪਤਾ ਕੈਨੇਡਾ 'ਚ ਕੀ ਹੋ ਰਿਹਾ, ਅਮਰੀਕਾ 'ਚ ਕੀ ਹੋ ਰਿਹਾ? ਜਿਸ ਬੰਦੇ ਨੇ ਆਪਣਾ ਘਰ ਛੱਡਦਾ, ਜਿਸ ਬੰਦੇ ਨੇ ਆਪਣੀ ਜੜ ਛੱਡਦੀ, ਉਹਦਾ ਵੰਸ਼, ਉਹਦਾ ਪਰਿਵਾਰ, ਉਹਦੀ ਹੌਦ ਮੁੱਕ ਜਾਂਦੀ ਹੁੰਦੀ ਹੈ, ਉਹ ਨਸਲ ਮੁੱਕ ਜਾਂਦੀ ਹੁੰਦੀ ਹੈ। ਤੇ ਅੱਜ ਪੰਜਾਬ ਦਾ ਹਾਲ ਮੈਂ ਹੋਕਾ ਤੇ ਕਿਹਾ ਸੀ, ਓਏ ਆਪਣੀਆਂ ਜ਼ਮੀਨਾਂ ਨਾ ਵੇਚ ਕੇ ਬੱਚਿਆਂ ਦੇ ਕੋਲ ਜਾਓ, ਵੱਡੀਆਂ ਵੱਡੀਆਂ ਟੌਰਾਂ ਆਪਾਂ ਮਾਰਦੇ ਨਾ, ਉੱਥੇ ਜਾ ਕੇ ਜਹਿਰ ਕੱਖ ਨੀ, ਫੋਕਾ ਸਾਰਾ ਕੁਝ ਮੈਂ ਦੇਖਿਆ। ਮੈਨੂੰ ਪੀ ਆਰ ਮਿਲਦੀ ਕੈਨੇਡਾ ਦੀ, ਆਸਟ੍ਰੇਲੀਆ ਦੀ, ਅਮਰੀਕਾ ਦੀ, ਤੁਸੀਂ ਆ ਜਾਓ ਭਾਜੀ ਕ੍ਰਿਕਟ ਖਿਲਾਓ ਇੱਥੇ, ਤੁਹਾਨੂੰ ਇੰਡਸਟਰੀ 150 ਏਕੜ ਜ਼ਮੀਨ ਤੋਂ ਆਸਟ੍ਰੇਲੀਆ ਚ ਮੈਨੂੰ ਦੇਣ ਨੂੰ ਤਿਆਰ ਸੀ, ਬਣਾ ਦੇਣੇ ਸਰਕਾਰ ਕਹਿੰਦੀ। ਮੈਂ ਕਹਿੰਦਾ ਆਪਦੀ ਝੁੱਗੀ ਛੱਡ ਕੇ ਨਹੀਂ ਆਉਣਾ ਭਾਈ, ਆਪਾਂ ਦਾ ਆਪਣਾ ਦੇਸ਼ ਤੇ ਆਪਣਾ ਪੰਜਾਬ ਬਹੁਤ ਪਿਆਰਾ। ਸੋ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ, ਮੈਂ ਉਹ ਫਿਲਮਾਂ ਦੇ ਵਿੱਚ ਇਹ ਪੇਸ਼ਕਸ਼ ਜ਼ਰੂਰ ਰਿੱਕੀਏ ਦੇ ਡਾਇਰੈਕਟਰ ਨੂੰ ਕਰੂੰਗਾ, ਕਿਉਂਕਿ ਕਰਨਾ ਐਕਟਰ ਨੇ ਹੋਏ, ਜੋ ਡਾਇਰੈਕਟਰ ਚਾਹੁੰਦਾ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਵੀ ਉੱਥੇ ਦੀ ਲਾਈਫ ਕਿੰਨੀ ਦਰਦਨਾਕ ਹੈ। ਮਹਾਰਾਜ ਇੱਕ ਇੱਕ ਕਮਰੇ ਦੀ ਧੀਏ ਮੇਰੀ ਇਹ, 4 ਮੁੰਡੇ ਤੇ 10 ਕੁੜੀਆਂ ਮੈਂ ਦੇਖੀਆਂ ਨੇ, ਤੇ ਜਦ ਵੀ ਮੈਂ ਜਾਣਾ
ਉਹ ਵਿਚਾਰੀਆਂ ਧੀਆਂ ਤੇ ਮੁੰਡੇ ਤੇ ਬਜ਼ੁਰਗ ਤੇ ਬਜ਼ੁਰਗਣੀਆਂ ਮੇਰੇ ਕੋਲ ਬਹਿ ਬਹਿ ਕੇ ਰੋਂਦੇ ਨੇ। ਅੱਜ ਵੀ ਮੇਰਾ ਤਖਤ ਬਟਨ ਉੱਥੇ ਮੈਲਬਰਨ ਲੱਗਦਾ ਜਿੱਥੇ 100-150 ਬਜ਼ੁਰਗ ਧੀਆਂ ਪੈਣਾ ਕੇ ਰੋਂਦੀਆਂ ਸੀ ਕੀ ਕਰੀਏ ਬਾਪੂ, ਤੇ ਮੈਂ ਕਿਹਾ ਇੱਥੇ ਕੰਮ ਕੀ ਆਏ ਸੀ। ਜਿਹਦੇ ਕੋਲ 2 ਕਿੱਲੇ 3 ਕਿੱਲੇ 5 ਕਿੱਲੇ ਜ਼ਮੀਨ ਆ, ਰੋਟੀ ਤਾਂ ਤੁਹਾਨੂੰ ਮਿਲਦੀ ਹੈ ਆਪਣੇ ਪੰਜਾਬ ਦੀ ਧਰਤੀ ਹੈ। ਇਸ ਕਰਕੇ ਇਸ ਦੇਸ਼ ਦਾ ਮਿਆਰ ਜਿਹੜਾ ਇੱਦਾਂ ਵਿਗੜਿਆ ਹੋਇਆ, ਕਿਉਂਕਿ ਯਾਦ ਰੱਖਿਓ ਜਿਹਨੇ ਆਪਣੀ ਹੋਂਦ ਛੱਡਤੀ ਉਹਦੀ ਨਸਲ ਵੀ ਮੁੱਕ ਗਈ, ਉਹਦੀ ਅਸਲ ਵੀ ਮੁੱਕ ਗਈ ਤੇ ਅਕਲ ਵੀ ਮੁੱਕ ਗਈ ਤੇ ਉਹ ਖਤਮ ਹੋ ਗਈ। ਪਹਿਲੀ ਮੂਵੀ ਬਣਾਈ ਸ਼ੌਕ ਸ਼ੌਕ ਹੀ ਸਾਡੇ ਸਰਜੀ ਪੰਜੀ ਕੇ ਇਹਨਾਂ ਦਾ ਸ਼ੌਕ ਸੀ ਬਚਪਨ ਤੋਂ ਕਿ ਇੱਕ ਅਸੀਂ ਮੂਵੀ ਪ੍ਰੋਡਿਊਸ ਕਰਾਂਗੇ, ਪ੍ਰੋਡਿਊਸ ਕਰਾਂਗੇ ਤੇ ਬਸ ਗਰੁੱਪ ਆਫ ਫਰੈਂਡਸ ਬਚਪਨ ਦੇ ਜਿਹੜੇ ਨੰਗੋਟੀਆ ਦੋਸਤ ਨੂੰ ਕਹਿ ਸਕਦੇ ਹਾਂ ਪੰਜਾਬੀ, ਸਾਰੇ ਇਕੱਠੇ ਹੋਏ ਪ੍ਰੋਜੈਕਟ ਇਨੀਸ਼ੀਏਟ ਕੀਤਾ ਹੈ ਕਿ ਭਾਈ ਮਿਲੇ, ਕਾਸਟਿੰਗ ਸ਼ੁਰੂ ਹੋਈ। ਮਤਲਬ ਸਪੈਸ਼ਲ ਵੈਰੀ ਵੈਰੀ ਥੈਂਕ ਯੂ ਪੱਲਾ ਸਾਹਿਬ, ਮਤਲਬ ਸਾਨੂੰ ਉਹਨਾਂ ਨੇ ਇਹ ਨਹੀਂ ਮਹਿਸੂਸ ਕਰਨ ਦਿੱਤਾ ਕਿ ਅਸੀਂ ਨਵੇਂ ਹੈਗੇ ਹਾਂ ਜਾਂ ਸਾਨੂੰ ਕੋਈ ਹੈਲਪ ਦੀ ਲੋੜ ਹੈ। ਉਹਨਾਂ ਨੇ ਸਾਰੀ ਸਟਾਰ ਕਾਸਟ ਐਵਰੀਥਿੰਗ ਟਾਈਮਲੀ ਉਹ ਸਾਡੇ ਨਾਲ ਕੰਟੈਕਟ ਕਰਦੇ ਰਹੇ ਤੇ ਪੁਖਰਾਜ ਭਾਜੀ ਨੂੰ ਵੀ ਉਹਨਾਂ ਵੱਲੋਂ ਕਿਹਾ ਕਿ ਹਾਂਜੀ ਅਸੀਂ ਪੁਖਰਾਜ ਲੱਗੇ, ਅਸੀਂ ਸਾਰਿਆਂ ਨੇ ਗਰੁੱਪ ਇੱਕ ਡਿਸੀਜਨ ਕੀਤੀ ਕਿ ਪੁਖਰਾਜ ਭਾਜੀ ਨਾਲ ਹੀ ਕਨੈਕਟ ਕੀਤੀ ਹੈ, ਜੇ ਘਰ ਦਾ ਕੰਮ ਹੈ ਤਾਂ ਘਰ ਤੋਂ ਹੀ ਸ਼ੁਰੂ ਕੀਤੀ, ਬਿਕੋਜ਼ ਇਹਨਾਂ ਦੀ ਸੀਰੀਜ਼ ਵੀ ਕਾਫੀ ਹਿੱਟ ਹੈਗੀ ਸੀ ਉਸ ਟਾਈਮ ਤੇ ਔਨ ਸੈਟ ਜੋ ਮਾਹੌਲ ਬਣਦਾ ਸੀ ਨਾ ਸਰ, ਮੈਂ ਦੱਸ ਨਹੀਂ ਸਕਦਾ, ਇੰਨਾ ਆਰਗਨਾਈਜ਼, ਇੰਨਾ ਵਧੀਆ, ਇੰਨਾ ਪੋਜ਼ਿਟਿਵਨੈਸ। ਯੋਗ ਸਰ ਔਰ ਪੱਲਾ ਸਾਹਿਬ ਦੀ ਜੋ ਟਿਊਨਿੰਗ ਸੀ, ਜੋ ਪੰਚਿਸ ਔਨ ਦਾ ਸਪੋਟ, ਮਤਲਬ ਸਕ੍ਰਿਪਟ ਇੱਕ ਪਾਸੇ ਸੀ ਔਰ ਇਹਨਾਂ ਦੇ ਸਾਰੇ ਔਨ ਦਾ ਸਪੋਟ ਜਿਹੜੀ ਸਕ੍ਰਿਪਟ ਹੁੰਦੀ ਸੀ ਉਹ ਇੱਕ ਤਰਫ ਦੇਖ ਸੀ ਤੇ ਇਟ ਵਾਸ ਅ ਨਾਈਸ ਐਕਸਪੀਰੀਅੰਸ। ਥੈਂਕ ਯੂ ਆਲ ਆਫ ਸੀਨੀਅਰਸ, ਰਾਜ ਭਾਜੀ, ਅਦਿਤੀ ਜੀ ਸਾਡੇ ਨਾਲ ਨਹੀਂ ਹੈਗੇ ਬਿਕੋਜ਼ ਉਹ ਜਿਹੜੇ ਹੀਰੋ ਹੈਗੇ ਨੇ ਫੈਮਲਾ ਵਿੱਚ 2015 ਹੈਗੇ ਸੀ, ਸਮਾਂ ਨਹੀਂ ਆ ਪਾਏ, ਉਪਾਸਨਾ ਜੀ ਨਹੀਂ ਆ ਪਾਏ, ਕਈ ਸਾਡੇ ਖਾਸ ਨਹੀਂ ਆ ਪਾਏ, ਪਰ ਐਨੀਵੇਜ਼ ਸਰ ਤੋਂ ਬੜਾ ਕੁਝ ਸਿੱਖਿਆ ਜੀ ਸੈੱਟ ਤੇ। ਥੈਂਕ ਯੂ, ਥੈਂਕ ਯੂ ਸੋ ਮਚ। ਸੋ ਸਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੋ ਪੁਖਰਾਜ ਇੱਕ ਚਾਮ ਹੈ ਸਾਰੀ ਇੰਡਸਟਰੀ ਦਾ, ਜੋ 2019-20 ਜੀ ਫਿਲਮ ਬਣੀ ਸੀ ਜਦੋਂ ਉਦੋਂ ਬਹੁਤ ਜ਼ਿਆਦਾ ਹਾਈਪ, ਹਜੇ ਵੀ ਬਹੁਤ ਜ਼ਿਆਦਾ ਹਾਈਪ ਇਹਨਾਂ ਤੇ ਚੱਲ ਰਹੀ ਹੈ, ਇਸ ਫਿਲਮ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋ ਜਾਏਗਾ, ਆਫਕੋਰਸ ਬਹੁਤ ਅੱਛੀ ਲੁੱਕ ਵੀ ਆ ਰਹੀ ਹੈ। ਸੋ ਜੋ ਪੁਖਰਾਜ ਜੀ ਦਾ ਨਾਮ ਦਿੱਤਾ ਗਿਆ ਉਹ ਜਸਵਿੰਦਰ ਭੱਲਾ ਵੱਲੋਂ ਦਿੱਤਾ ਗਿਆ ਸੀ, ਉਹਨਾਂ ਵੱਲੋਂ ਦਿੱਤਾ ਗਿਆ ਸੀ, ਲੇਕਿਨ ਜੋ ਬਾਕੀ ਸਟਾਰ ਕਾਸਟ ਜਿੱਦਾਂ ਮਿੰਟੂ ਪਾਪਾ ਹੈਗੇ ਨੇ, ਕਰਨ ਜੀ ਹੈਗੇ ਨੇ, ਇਹਨਾਂ ਦੇ ਨਾਮ ਜਿਹੜੇ ਹੈਗੇ ਕਿੰਨੇ ਨੇ ਸੁਜੈਸਟ ਕੀਤੇ ਸੀ ਐਂਡ ਇਹ ਫਿਲਮ ਦੇ ਵਿੱਚ ਤੁਹਾਨੂੰ ਕਿੰਨਾ ਕੀ ਯਕੀਨ ਹੈ ਕਿ ਬਾਕਸ ਆਫਿਸ ਵਿੱਚ ਛਾ ਜਾਏਗੀ? ਥੈਂਕ ਯੂ ਸੋ ਮਚ। ਫਸਟ ਆਫ ਆਲ ਤੇ ਮੈਂ ਆਪ ਦਾ ਔਰ ਸਾਰੇ ਮੀਡੀਆ ਦਾ ਥੈਂਕਸ ਕਰਦਾ ਕਿ ਆਪ ਸਾਰੇ ਲੋਕ ਇੱਧਰ ਆਏ। ਜਿੱਦਾਂ ਅਮਨ ਭਾਜੀ ਨੇ ਕਿਹਾ, ਤੁਸੀਂ ਵੀ ਗੱਲ ਕਹੀ ਪ੍ਰੀ ਐਂਡ ਪੋਸਟ, ਤੇ ਐਜ਼ ਅ ਪ੍ਰੋਡਿਊਸਰ ਦੋ ਬੰਦੇ ਹੈਗੇ ਸੀ ਜੋ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਪ੍ਰੀ ਤੇ ਕੰਮ ਕੀਤਾ, ਇੱਕ ਹਰਜਿੰਦਰ ਸਿੰਘ ਚੌਹਾਨ ਜੀ ਜੋ ਯੂਕੇ ਤੋਂ ਹੈਗੇ ਨੇ ਔਰ ਇੱਕ ਮੈਂ ਆਪ ਬੈਠਦਾ ਸੀ। ਅਸੀਂ ਜਿੱਕੀ ਬਾਈ ਨਾਲ ਬੈਠਦੇ ਸੀ, ਸਾਡੀਆਂ ਸਿਟਿੰਗਸ ਮਤਲਬ ਪੂਰੀ ਪੂਰੀ ਰਾਤ ਆਪਾਂ ਬੈਠਣਾ ਐਂਡ ਸਾਨੂੰ ਪਤਾ ਹੀ ਲੱਗਦਾ ਸੀ ਸਵੇਰੇ 5-6 ਕਦੋਂ ਵੱਜ ਗਏ ਐਂਡ ਇਟ ਵਾਜ਼ ਅ ਵੈਰੀ ਵੰਡਰਫੁਲ ਐਕਸਪੀਰੀਅੰਸ। ਅਗਰ ਆਪਾਂ ਪੁਖਰਾਜ ਭਾਈ ਦੀ ਗੱਲ ਕਰੀਏ ਤੇ ਮੇਰੀ ਮੀਟਿੰਗ ਪਹਿਲੀ ਵਾਰੀ ਜਦ ਪੱਲਾ ਸਾਹਿਬ ਨਾਲ ਹੋਈ, ਸਕ੍ਰਿਪਟ ਲੈ ਕੇ ਆਪਾਂ ਗੱਲ ਕੀਤੀ, ਉਸ ਟਾਈਮ ਤੇ ਭਾਈ ਦੀ ਇੱਕ ਮੂਵੀ ਆਈ ਸੀ ਗੁਲਤ ਉਹਦੀ ਬੈਂਚ ਤੇ ਬੈਠਣਾ, ਤੇ ਉਹਦੇ ਅੰਦਰ ਭਾਈ ਦਾ ਬਹੁਤ 5-7 ਮਿੰਟ ਦਾ ਜੋ ਛੋਟਾ ਜਿਹਾ ਰੋਲ ਸੀ, ਬਟ ਦੈਟ ਵਾਸ ਸੋ ਵੰਡਰਫੁਲ, ਸੋ ਮੈਮੋਰੇਬਲ, ਮਤਲਬ ਮੈਨੂੰ ਲੱਗਾ ਕਿ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਫੀਲ ਕਰਾਈ ਐਂਡ ਉੱਥੇ ਇੱਕ ਚੀਜ਼ ਸਾਨੂੰ ਫੀਲ ਹੋਈ ਕਿ ਇਹ ਜੋ ਟੈਲੈਂਟ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ। ਪੁਖਰਾਜ ਭਾਈ ਨੂੰ ਉੱਥੇ ਜਦੋਂ ਨੋਟਿਸ ਕੀਤਾ ਤੇ ਉਸ ਤੋਂ ਬਾਅਦ ਚੇਂਜਸ ਹੋਏ, ਜਿੱਦਾਂ ਅਮਨ ਭਾਜੀ ਨੇ ਕਿਹਾ, ਯੁਵਰਾਜ ਜੀ ਹੈਗੇ ਨੇ, ਪੱਲਾ ਸਾਹਿਬ ਹੈਗੇ ਨੇ, ਇੰਪਰੋਵਾਈਜੇਸ਼ਨ ਕੀ ਹੁੰਦਾ ਹੈ ਡਿਊਰਿੰਗ ਦਾ ਸੈਟ ਉਹ ਸਾਨੂੰ ਦੇਖਣ ਨੂੰ ਮਿਲਿਆ ਐਂਡ ਜੋ ਰਿੱਕੀ ਭਾਜੀ ਨੇ ਵੀ ਕਿਹਾ, ਦਿਸ ਇਜ਼ ਅ ਟੀਮ ਐਫਰਟ,
ਸਭ ਨੇ ਆਪਣਾ ਹਾਰਟ ਐਂਡ ਸੋਲ ਇਸ ਪ੍ਰੋਜੈਕਟ ਵਿੱਚ ਪਾਇਆ ਔਰ ਮੈਨੂੰ ਲੱਗਦਾ ਕਿ ਅਗਰ ਆਪ ਕੋਈ ਵੀ ਕੰਮ ਅੱਛੀ ਨੀਅਤ ਨਾਲ ਕਰਦੇ ਹੋ, ਮਿਹਨਤ ਕਰਦੇ ਹੋ ਤੇ ਉਹਦਾ ਰਿਜ਼ਲਟ ਜ਼ਰੂਰ ਆਉਂਦਾ, ਕਿਉਂਕਿ ਨੇਚਰ ਵਿੱਚ ਕੁਛ ਵੀ ਪਾਇਆ ਹੋਇਆ ਕਦੇ ਵੇਸਟ ਨਹੀਂ ਜਾਂਦਾ। ਤੇ ਆਪਾਂ ਜੋ ਮਿਹਨਤ ਇਹਦੇ ਚ ਪਾਈ ਹੈ ਸਾਰੀ ਐਜ਼ ਅ ਟੀਮ, ਆਈ ਐਮ ਵੈਰੀ ਵੈਰੀ ਪੋਜ਼ਿਟਿਵ ਕਿ ਬਾਕਸ ਆਫਿਸ ਇਜ਼ ਗੋਇੰਗ ਟੂ ਗਿਵ ਵੈਰੀ ਗੁੱਡ ਰਿਜ਼ਲਟਸ ਔਨ ਦਾ ਹਾਰਡ ਐਫਰਟਸ। ਆਈ ਐਮ ਵੈਰੀ ਹੋਪਫੁਲ ਦੈਟ ਦਿਸ ਮੂਵੀ ਇਜ਼ ਗੋਇੰਗ ਟੂ ਬੀ ਅ ਹਿੱਟ ਐਟ ਦ ਬਾਕਸ ਆਫਿਸ। ਬਿਲਕੁਲ ਸ਼ੋਰ, ਫਰ ਸ਼ੋਰ। ਅਨੀਤਾ ਮੈਮ, ਤੁਹਾਨੂੰ ਕੁਐਸਚਨ ਇਹ ਸੇਮ ਮੈਂ ਪੁੱਛਣਾ ਚਾਹੂੰਗੀ। ਇੱਕ ਮੇਨਲੀ ਲਾਸਟ ਦੇ ਵਿੱਚ ਜਿਹੜੀ ਕਾਊਂਟ ਕਰਦਾ ਉਹ ਹੈਗਾ ਨੰਬਰਸ, ਪੈਸਾ ਜੋ ਪ੍ਰੋਡਿਊਸਰ ਦਾ ਲੱਗਾ ਹੁੰਦਾ ਬਾਕਸ ਆਫਿਸ। ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਹਾਂ ਕਿ ਮੇਰੇ ਕਰਕੇ, ਆਫਕੋਰਸ ਤੁਸੀਂ ਵੀ ਇੱਕ ਹਿੱਸਾ ਹੈਗੇ ਹੋ ਨਾ, ਕਿ ਮੈਨੂੰ ਆਪਣਾ ਬੈਸਟ ਦੇਣਾ ਹੈ ਜਾਂ ਆਪਣੀ ਬੈਸਟ ਪ੍ਰੋਮੋਸ਼ਨ ਕਰਨੀ ਹੈ ਜਾਂ ਬੈਸਟ ਲੋਕਾਂ ਤੱਕ ਪਹੁੰਚਾਉਣਾ ਹੈ, ਸੋ ਡੈਟ ਜੋ ਬਾਕਸ ਆਫਿਸ ਹੈ ਹਿੱਲੇ ਨਾ ਆਉਣ ਵਾਲਾ ਟਾਈਮ, ਕਿ ਐਕਟਰਸ ਦੇ ਉੱਤੇ ਬਾਕਸ ਆਫਿਸ ਦਾ ਜਿਹੜਾ ਨੰਬਰ ਹੈ ਇਫੈਕਟ ਕਰੇਗਾ। ਦੇਖੋ, ਐਜ਼ ਐਨ ਆਰਟਿਸਟ ਸਾਡੇ ਸਾਰਿਆਂ ਦੀ, ਮੇਰੀ ਹੀ ਨਹੀਂ, ਸਾਡੇ ਸਾਰਿਆਂ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੀ ਵੀ ਫਿਲਮ 'ਚ ਹੈਗੇ ਹਾਂ, ਜੋ ਵੀ ਕਿਰਦਾਰ ਸਾਨੂੰ ਕਰਨ ਲਈ ਦਿੱਤਾ ਗਿਆ, ਉਸ ਕਿਰਦਾਰ ਦੇ ਵਿੱਚ ਅਸੀਂ ਚੀਜ਼ਾਂ ਨੂੰ ਹੋਰ ਜ਼ਿਆਦਾ ਪਲੱਸ ਕਰੀਏ ਤਾਂ ਕਿ ਫਿਲਮ ਜਿਹੜੀ ਉਹ ਅੱਛੀ ਬਣੇ। ਕਿਉਂਕਿ ਜਦੋਂ ਵੀ ਕੋਈ ਕਲਾਕ੍ਰਿਤ ਬਣਦੀ ਉਹ ਸਾਰਿਆਂ ਦੀ ਸਾਂਝੀ ਹੁੰਦੀ, ਕਿਸੇ ਇੱਕ ਕਲਾਕਾਰ ਦਾ ਨਾ ਤਾਂ ਐਫਰਟ ਹੁੰਦਾ ਨਾ ਕਿਸੇ ਇੱਕ ਪਰਸਨ ਦਾ, ਸਾਰਿਆਂ ਦਾ ਐਫਰਟ ਸੀਗਾ ਔਰ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੋ ਆਪਣੇ ਵੱਲੋਂ ਵਧੀਆ ਕਰ ਸਕਦੇ ਸੀਗੇ, ਜਿੰਨੀ ਕਿ ਸਾਡੀ ਸਮਰੱਥਾ, ਜਿੰਨੀ ਪਰਮਾਤਮਾ ਨੇ ਬਖਸ਼ੀ ਉਹਦੇ ਅਕੋਰਡਿੰਗ ਅਸੀਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ। ਔਰ ਸਾਨੂੰ ਬਹੁਤ ਉਮੀਦ ਆ ਕਿ ਇਹ ਇੱਕ ਓਰਿਜਨਲ ਕਹਾਣੀ ਹੈ ਔਰ ਇਸ ਕਹਾਣੀ ਦੇ ਉੱਤੇ ਪਹਿਲਾਂ ਵਰਕ ਵੀ ਨਹੀਂ ਹੋਇਆ, ਇਸ ਕਰਕੇ ਸਾਨੂੰ ਲੱਗਦਾ ਹੈ ਕਿ ਫਿਲਮ ਜ਼ਰੂਰ ਦਰਸ਼ਕਾਂ ਨੂੰ ਪਸੰਦ ਆਏਗੀ।